ਬੜੀ ਮੰਗ ਹੈ ਜਾਂ ਬੜੀ ਅਹਿਮ ਚੀਜ਼ ਦੇ ਪਹਿਲੇ ਨੰਬਰ ਤੇ ਕਿਹਦਾ ਸ਼ੌਕ ਕਰਵਾਓਗੇ? ਬਿਲਕੁਲ ਸਾਫ ਦੋਸਤੋ, ਅਸੀਂ ਤੁਹਾਨੂੰ ਅਮਰ ਭਾਈ ਦੀ ਦੜਵੀ ਦਾ ਸ਼ੌਕ ਕਰਵਾ ਰਹੇ ਹਾਂ। ਪਿਓਰ ਛੱਤ ਵਾਲਾ ਜੋੜਾ। ਅੱਛਾ, ਇਹ ਜੀ ਇਹ ਕਬੂਤਰ ਹੈ ਜੀ ਜਿਹਨੂੰ ਸਿਆਲਕੋਟੀ ਕਬੂਤਰ ਕਿਹਾ ਜਾਂਦਾ ਹੈ। ਛੱਤ ਵਾਲੇ, ਛੱਤ ਵਾਲੇ ਜਿਹੜੇ ਸਿਆਲਕੋਟੀ ਛੱਤ ਵਾਲੇ ਮਸ਼ਹੂਰ ਨੇ। ਠੀਕ ਹੈ, ਚਲੋ ਜੀ ਇਹਦਾ ਦੋਸਤਾਂ ਨੂੰ ਕਰਵਾਓ ਸ਼ੌਕ। ਜਨਾਬ ਨਾਰੇ, ਜੇ ਤੁਸੀਂ ਮਾਦੀ ਦੇਖੀ ਬਾਹਰੋਂ ਲੱਭ ਰਹੇ ਨੇ ਪਰ ਬਹੁਤ ਅੱਛੇ ਨੇ, ਬਹੁਤ ਪਰਵਾਜ਼ ਇਹਨਾਂ ਦੀ ਬਹੁਤ ਅੱਛੀ ਹੈ। ਜਿਸ ਜਿੰਨੀ ਮਿਹਨਤ ਕਰੋਗੇ ਉਹਨਾਂ ਤੁਹਾਨੂੰ ਫਲ ਮਿਲੇਗਾ। ਅਮਰ ਭਾਈ ਤੁਹਾਡਾ ਆਪਣਾ ਵੀ ਸ਼ੌਕ ਹੈ, ਆਪਣੇ ਸ਼ੌਕ ਚ ਤੁਸੀਂ ਇਸ ਕਬੂਤਰ ਦਾ ਕੀ ਵੇਖਿਆ? ਸੁਬਹਾ ਦੇ ਛੱਡੇ ਸ਼ਾਮ ਤੱਕ ਜੇ ਆਉਣਗੇ ਵੀ ਤੇ ਘਰ ਆਉਣਗੇ, ਕੋਸ਼ਿਸ਼ ਇਹਨਾਂ ਦੀ ਇਹ ਹੋਏਗੀ। ਇਸ ਨਸਲ ਇਹਨਾਂ ਨੂੰ ਕੋਈ ਮੁਸ਼ਕਲ ਪੈ ਜਾਂਦੀ ਹੈ ਬੱਦਲ ਛੱਡਣ ਦੀ? ਬੱਦਲ ਹਨੇਰੀ ਦੇ ਵਿੱਚ ਸਾਰੀ ਗੱਲ ਉਹ ਤੇ ਹਰ ਚੰਗੇ ਚੰਗੇ ਜਿੰਨੀ ਮਰਜ਼ੀ ਵੀ ਨਸਲਾਂ ਆਉਣ ਜੋੜੀਆਂ ਫਿਰ ਵੀ ਇੱਧਰ ਬੱਦਲ ਨਹੀਂ ਦੇ ਵਿੱਚ ਕਬੂਤਰ ਹਟ ਜਾਂਦਾ, ਕੋਈ ਬੜੀ ਗੱਲ ਨਹੀਂ ਆਖੀ ਜਾਂਦੀ। ਟੁੱਟ ਤੇ ਜਾਂਦੇ ਨੇ, ਲੇਕਿਨ ਕੱਲ੍ਹ ਅਸੀਂ ਇੱਕ ਉਸਤਾਦ ਹੋਣਾ ਕੋ ਗਏ ਹਾਂ ਸੂਬਾ ਭਾਟ ਸਾਹਿਬ ਕੋਲ, ਉਹ ਦੱਸ ਰਹੇ ਹਨ ਕਿ ਇਹ ਐਸੀ ਨਸਲ ਹੈ ਕਿ ਇਹ ਕੋਸ਼ਿਸ਼ ਕਰਕੇ ਘਰ ਆਉਂਦੀ ਹੈ। ਇਹਨਾਂ ਦੀ ਵੀ ਇਹ ਦੂਸਰਾ ਫੜਵਾ ਮੰਗਣ ਇਹ ਸਰ ਸ਼ੋਕਰੂ ਭਾਈ ਦਾ ਸ਼ੋਕਰਾ ਹੋਏ ਨਾਲ ਨਾਲ ਇਹਨਾਂ ਦੇ ਬਾਰੇ ਦੱਸੋ। ਸਿਆਲਕੋਟੀ ਕਾਲੇ ਮੂੰਹ ਵਾਲੇ, ਸਿਆਲਕੋਟੀ ਕਾਲੇ ਮੂੰਹ ਵਾਲੇ ਕਬੂਤਰ ਨੇ। ਠੀਕ ਹੈ, ਇਹਦੀ ਅੱਖ ਸ਼ੱਕ ਦਾ ਕੀ ਹੈ? ਇਹਨਾਂ ਦੀ ਅੱਖ ਵੇਖੋ, ਬਿਲਕੁਲ ਠੀਕ ਐਸਾ ਜੀ ਨਰ ਜੀ, ਇਹਦੀ ਅੱਖ ਦਾ ਸ਼ੋਕ ਕਰੋ। ਠੀਕ ਹੈ, ਇਸ ਤਰ੍ਹਾਂ ਜੀ ਤੇ ਫਰ ਨਹੀਂ ਕੁੰਡਾ ਚੈੱਕ ਕਰੋ ਇਹਦਾ। ਇਹ ਸਾਡੇ ਸਿਆਲਕੋਟ ਦੀ ਫੇਮਸ ਨਸਲ ਹੈਗੀ ਹੈ ਅਤੇ ਇਹਦੇ ਬਾਰੇ ਮੇਰੇ ਖਿਆਲ ਨਾਲ ਸਾਡੇ ਸੀਨੀਅਰ ਉਸਤਾਦ ਨੇ ਉਸਤਾਦ ਸੂਬਾ ਸਾਹਿਬ ਉਹ ਮੇਰੇ ਖਿਆਲ ਨਾਲ ਗੱਲ ਸ਼ੋਕ ਕਰਾ ਰਹੇ ਹਨ ਭਾਈ ਹੋਰਾਂ ਨੂੰ, ਅਤੇ ਭਾਈ ਹੋਰਾਂ ਦੀ ਛੱਤ ਸ਼ੋਕ ਕਰਾ ਕੇ ਸ਼ੌਕੀਨ ਬੰਦਿਆਂ ਦੇ ਜਨਾਬ ਦਿਲ ਜਿੱਤਦੇ ਸਨ ਵੇ। ਇਹ ਜਨਾਬ ਇਹਦੇ ਪੱਲੇ ਨੇ ਅਤੇ ਇਹ ਇਹਦੀ ਦੋ ਮੇਰੇ। ਠੀਕ ਹੈ,
ਅਸ਼ੋਕ ਕਰੋ ਭਾਈ ਜਾਨ ਤੇ ਇਹ ਇਹਦੇ ਪੰਜੇ ਨੇ ਜਨਾਬ। ਅੱਛਾ ਸਾਡੇ ਤੁਸੀਂ ਅਗਲੀ ਕਿਹੜੀ ਚੀਜ਼ ਬਣਾ ਰਹੇ? ਇਹ ਜੋੜਾ ਜਨਾਬ, ਇਹ ਜੋੜਾ ਜਨਾਬ ਉਹ ਨਾਰੰਗੀ ਉਹਨਾਂ ਵੇਖਿਆ ਇਹ ਮਾਦੀ ਪਸੰਦ ਕਰੇਗਾ ਉਸ ਹਿਸਾਬ ਨਾਲ। ਅਮਰ ਭਾਈ ਇਹਦੇ ਦੀ ਖਾਸ ਗੱਲ ਕੀ ਹੈ? ਇਹਦੀ ਡਾਰ ਜ਼ਿਆਦਾ ਹੈ, ਬੱਚੇ ਛੇੜਨ ਦਾ ਕੀ ਇਹਦਾ? ਜਨਾਬ ਇਹ ਬੱਚਿਆਂ ਵਾਸਤੇ ਬਣਾਏ ਨੇ, ਬਰੀਡਰ ਨੇ, ਬੱਚੇ ਅੱਛੇ ਡਾਂਦੇ ਨੇ, ਰਿਜ਼ਲਟ ਸ਼ੁਦਾ ਨੇ ਸਰ। ਜੀ ਅਮਰ ਭਾਈ ਸਾਡੇ ਕੋਲ ਗੋਲਡਨ ਜੋੜਾ ਜਨਾਬ। ਹਾਂਜੀ ਇਹ ਨਵੇਂ ਪ੍ਰੀਡ ਦੇ ਵਿੱਚ ਸ਼ੁਰੂ ਕੀਤੇ ਨੇ। ਤੇ ਅਮਰ ਭਾਈ ਇਹਨਾਂ ਦੇ ਪਾਰਕ ਸਰ ਤੇ ਕੱਟੇ ਕਿਉਂ? ਇਹ ਪੱਠੇ ਕੱਟੇ ਇਸ ਤੋਂ ਨੇ ਕਿ ਅਸੀਂ ਬਾਹਰ ਅੰਦਰ ਇਹਨਾਂ ਨੂੰ ਕੱਟਦੇ ਰਹਿੰਦੇ, ਠੀਕ ਹੈ। ਤੇ ਇੱਥੇ ਬੀਜੇ ਨਹੀਂ? ਇੱਥੇ ਹੀ ਬੀਜੇ ਨਹੀਂ, ਅੱਗੋਂ ਬੀਜ ਜਾਣਗੇ ਤੇ ਇਹਨਾਂ ਨੂੰ ਪਰਦਾ ਵੀ ਇੱਥੇ ਵੀ ਇਹੀ ਕਰ ਛੱਡਣਾ, ਠੀਕ ਹੈ। ਅੰਦਰ ਆਉਣ ਜਾਣ ਤੇ ਜਨਾਬ ਤੇ ਦਰਅਸਲ ਚੀਜ਼ ਹੈ ਕਿ ਕੋਈ ਵੀ ਸ਼ਕੀਨ ਬੰਦਾ ਨਾ ਉਹਦੀ ਆਪਣੀ ਇੱਕ ਪਹਿਚਾਣ ਹੁੰਦੀ ਹੈ, ਆਪਣਾ ਸ਼ੌਕ ਹੁੰਦਾ। ਜਿਸ ਤਰ੍ਹਾਂ ਕਿ ਸਾਰਾ ਅੰਮ੍ਰਿਤਸਰ ਭਾਵੇਂ ਸ਼ੌਕੜਾ ਰਹੇ ਕਾਲੇ ਮੁਹਾਲੇ ਬਟੇਰਿਆਂ ਦਾ, ਇਹਨਾਂ 'ਚ ਸਿਆਣਾ ਪਿੱਤ ਨਹੀਂ ਗਏ ਕਿ ਬੰਦੇ ਨਾਲ ਬਹੁਤੀ, ਜਿਵੇਂ ਸਾਡੇ ਸਿਆਲਕੋਟ ਦੇ ਨਸਲ ਦੇ ਵਿੱਚ ਸਿਆਣਾ ਪੈਣਾ। ਇਸ ਤਰੀਕੇ ਦੇ ਨਾਲ ਜਨਾਬ ਕਾਲੇ ਮੁਹਾਲੇ ਬਹੁਤ ਹੀ ਅੱਛੇ ਪ੍ਰਵਾਸੀ ਕਬੂਤਰ ਨੇ, ਅਤੇ ਅਗਰ ਬੱਦਲ ਕਣੀ ਮੀਂਹ ਬਣ ਲੈਂਦਾ ਤਾਂ ਇਹਦੇ 'ਚ ਇਹਨਾਂ ਦੀ ਇੱਕ ਅਹਿਮ ਕਿਰਦਾਰ ਹੈਗਾ ਕਿ ਜਨਾਬ ਜਿਹਨੂੰ ਝੋਕਾ ਕਹਿਣਾ ਮਾਰਨਾ ਨਾ, ਝੋਕਾ ਮਾਰ ਕੇ ਘਰ ਆਏ, ਇਹ ਜਨਾਬ ਝੋਕਾ ਮਾਰ ਕੇ ਅਤੇ ਘਰ ਦੀ ਜ਼ਿਆਦਾ ਖਿੱਚ ਕਰਦੇ ਨੇ। ਬੱਦਲ ਜਿੱਦਾਂ ਮਰਜ਼ੀ ਤੂਫਾਨ, ਅਗਰ ਕਿਤੇ ਬੈਠ ਵੀ ਜਾਂਦੇ ਨੇ ਜ਼ਿਆਦਾ ਤੂਫਾਨ ਹੁੰਦਾ ਤਾਂ ਇਹਨਾਂ ਦੀ ਕੋਸ਼ਿਸ਼ ਹੁੰਦੀ ਕਿ ਉਸ ਛੱਤ 'ਤੇ ਪਈਏ, ਉਸ ਜਗ੍ਹਾ 'ਤੇ ਪਈਏ ਅਤੇ ਸਾਨੂੰ ਕੋਈ ਪਕੜ ਨਾ ਸਕੇ, ਅਤੇ ਜ਼ਿਆਦਾਤਰ ਵਾਪਸ ਦੀ ਬੜੀ ਇਹਨਾਂ ਦੀ ਅਹਿਮੀਅਤ, ਘਰ ਦੇ ਬਹੁਤ ਜ਼ਿਆਦਾ ਪੱਕੇ ਨੇ। ਇਸ ਵਾਰ ਸਾਡੇ ਸਿਆਲਕੋਟ ਦੀ ਬਰੀਡਰ ਨਸਲ ਅਤੇ ਉਡਾਰ ਵਿੱਚ ਬਹੁਤ ਜ਼ਿਆਦਾ ਫੇਮਸ ਹੈਗੇ ਜੀ। ਅਮਰ ਭਾਈ ਅਗਲਾ ਜੋੜਾ ਕਿਹੜਾ? ਸਾਡਾ ਜਨਾਬ ਚੂਹਾ ਔਰ ਬਟੇਰਾ ਜਿਹੜਾ ਜੋੜਾ ਨਾ। ਅੱਛਾ ਜੀ, ਇਹਨੂੰ ਚੂਹਾ ਔਰ ਬਟੇਰਾ ਕਿਹਾ ਜਾਂਦਾ ਸਰ। ਇਹਨਾਂ ਦੀ ਭਾਈ ਕੀ ਖਾਸ ਪਹਿਚਾਣ ਕੀ ਹੈ? ਇਹ ਜਨਾਬ ਇਹ ਵੇਖੋ, ਇਹ ਕੰਨ ਚਿੱਟੇ ਨੇ ਨਾ, ਇਹ ਬਟੇਰਾ ਪਰ ਦੇ ਵਿੱਚ ਨੇ, ਠੀਕ ਹੈ। ਇਹ ਲੰਮੀ ਨੋਕ, ਲੰਮਾ ਸਿਰ, ਇਹ ਚੂਹਾ ਦੇ ਵਿੱਚ, ਠੀਕ ਹੈ। ਇਹਨਾਂ ਦੀ ਇਹ ਪਹਿਚਾਣ, ਠੀਕ ਹੋ ਗਿਆ। ਉਹ ਜੀ ਇਹਦੀ ਮਾਦੀ ਹੈ? ਨਹੀਂ ਆ ਜੀ, ਮਾਦੀ ਹੈ ਅਤੇ ਇਹ ਨਾ, ਠੀਕ ਹੈ। ਅਤੇ ਅਮਰ ਭਾਈ ਇਹਦੀ ਖਾਸ ਗੱਲ ਕੀ ਹੈ ਇਸ ਜੋੜੇ ਦੀ? ਇਹ ਸਿਆਲਕੋਟੀ ਚੂਹੇ ਮਸ਼ਹੂਰ ਨੇ ਜਨਾਬ, ਇਹਨਾਂ ਦੀ ਉਡਾਰ ਅੱਛੀ ਹੈ, ਉਡਾਰ ਇਹਨਾਂ ਦੀ ਇੰਨੀ, ਪਕਾਈ ਵੀ ਬਹੁਤ ਅੱਛੀ ਹੈ ਅਤੇ ਉਡਾਰ ਵੀ ਬਹੁਤ ਅੱਛੀ ਹੈ, ਬੱਚੇ ਵਗੈਰਾ ਵੀ ਅੱਛੇ ਪਾਲਦੇ। ਹਾਂਜੀ ਮੋਸਰ ਭਾਈ, ਸਾਡੇ ਸਿਆਲਕੋਟ ਦਾ ਕੋਈ ਵੀ ਪਰਿੰਦਾ ਨਾ ਉਹ ਨਾਮਵਾਰ ਹੈਗਾ, ਰਿਜ਼ਲਟ ਸ਼ੁੱਧ ਹੈਗਾ, ਕਿਸੇ ਚੀਜ਼ ਦੀ ਕਿਸੇ ਤਰੀਕ ਦਾ ਮੁਹਤਾਜ ਨਹੀਂ ਹੈਗਾ। ਜਿਹੜੀ ਸਾਡੇ ਸਿਆਲਕੋਟ ਦੀ ਚੀਜ਼ ਹੈ ਨਾ ਬਹੁਤ ਅੱਛੀ, ਅਤੇ ਪ੍ਰਵਾਸ ਦੇ ਲਿਹਾਜ਼ ਨਾਲ, ਬਰੀਡਿੰਗ ਦੇ ਲਿਹਾਜ਼ ਨਾਲ, ਸਿਆਣਪ ਦੇ ਲਿਹਾਜ਼ ਨਾਲ ਬਹੁਤ ਵਧੀਆ ਹੈ। ਲਓ ਦੋਸਤੋ, ਤੁਹਾਨੂੰ ਅਮਰ ਭਾਈ ਦੀ ਦਰਵੀ ਦਾ ਸ਼ੌਕ ਆ ਰਹੇ ਹੈ। ਇਹਨਾਂ ਦੀ ਦੁਕਾਨ ਫਿਰੋਜ਼ਾ ਕੱਡੇ ਦੇ ਵਿੱਚ ਮੌਜੂਦ ਹੈ, ਅਤੇ ਅਮਰ ਭਾਈ ਇਹਨਾਂ ਦਾ ਨਾਮ ਹੈ, ਨਾਲ ਇਹਨਾਂ ਨੇ ਹਮਾਮ ਵੀ ਰੱਖਿਆ। ਅਤੇ ਕਿਸੇ ਦੋਸਤ ਨੇ ਕੋਈ ਖਰੀਦਦਾਰੀ ਕਬੂਤਰ ਵਗੈਰਾ ਦੀ ਕਰਨੀ ਹੋਏ ਕਿਸੇ ਤਰੀਕੇਕਾਰ ਦੀ, ਅਤੇ ਇਹਨਾਂ ਦਾ ਜਿਹੜਾ ਨਾ ਉਹ ਪੂਰਾ ਤਾਵਨ ਕਰਨਗੇ ਤੁਹਾਡੇ ਨਾਲ, ਅਤੇ ਤੁਸੀਂ ਇਹਨਾਂ ਕੋਲੋਂ ਜ਼ਰੂਰ ਖਰੀਦਦਾਰੀ ਕਰੋ। ਇਹਨਾਂ ਕੋਲ ਬੜੀਆਂ ਅੱਛੀਆਂ ਨਸਲਾਂ ਇਹਨਾਂ ਦੇ ਸਾਨੂੰ ਆਈਆਂ, ਔਰ ਮਜ਼ੀਦ ਵੀ ਇਹ ਵਿਖਾਣਗੇ। ਜੈਸਾ ਕਿ ਭਾਈ ਜਾਣਾ ਕਬੂਤਰ ਚੈੱਕ ਕਰੋ, ਇਹ ਸਾਡੇ ਸਿਆਲਕੋਟ ਦਾ ਪੈਂਤੀਆਂ ਵਾਲੇ ਬਟੇਰਿਆਂ 'ਚ ਆਉਂਦੇ ਨੇ। ਫੜੋ ਭਾਈ ਇਹਨੂੰ, ਇਹ ਪੈਂਤੀਆਂ ਵਾਲਾ ਜਿਹੜਾ ਕਹਿ ਰਹੇ ਹੋ, ਇਹ ਬਟੇਰਿਆਂ 'ਚੋਂ ਆਉਂਦੇ ਨੇ, ਪੈਂਤੀਆਂ ਵਾਲੇ ਬਟੇਰਿਆਂ 'ਚ ਕਰਾਸ ਹੈਗਾ ਬਣਾਇਆ, ਇਹ ਪ੍ਰਵਾਸੀ ਪਰਿੰਦੇ ਬਣਾਏ ਨੇ ਉਡਾਰ ਵਾਸਤੇ। ਨਿਊ ਸਾਰਾ ਹੋ ਰਿਹਾ ਜਨਾਬ, ਠੀਕ ਹੈ।
जैसा कि बटेरिया की भी बहुत ज़्यादा इकसाम होंगे ने जी, ये उड़ार में बनाया गया ब्रीडिंग वास्ते। जैसे नील दुंबे ने उन्होंने नील दुंबे ज़्यादा ब्लैक पूछ पूछ होंगी है, कुछ खाकी होंगी है, स्लेटे होंगे ने, अलग अलग कैटागरी होंगे ने जिन्हों जो जनाब एक असं नील दुंबी तो नहीं कह सकते, खाकी नील दुंबी कह सकते इस मादी को वैशियां दे बनाई गई है ब्रीडिंग वास्ते। वाइट चूंज है जनाब, वाइट ही आख है तो खाकी चूंज है जनाब। चेक करो सारे भाई शो करो ए जनाब पर शो करो पले का, ठीक है ए जनाब दुंब है वैशिया बनी है इन्होंने भी भाई उड़ान अच्छी होती। दरअसल भाई साढ़े एक मुल्क के अंदर या साढ़े शौक के अंदर यह हिसाब लगा लो कि असं इन्हों ज़्यादातर ब्रीडिंग इस्तेमाल करने क्राफ्ट में, हालांकि छोटे छोटे शौक करने वाले बंदे ने कुछ ऐसे लोग होंगे ने कि छोटी चट्टा लेके दिल नहीं करता उड़ाने चीज़ अच्छी समझ के नहीं लोग उड़ाते, पर हाँ इन्हें क्रास अगर डालया जाए इन्हों उड़ाया जाए बहुत ही अच्छी चीज़ा ने उड़ाने वाली चीज़ा ने। तो जनाब असी सारे परिंदे फार सेल वास्ते रखे ने, कोई बंदा अगर पहली सब तो चीज़ है कि इस भाई के पेज में लाइक करो, कमेंट करो, शेयर करो वीडियो में, तो इस दे नाल नाल अगर जिस भाई में कोई भी चीज़ की जरूरत है पिजन वगैरह जिस डिमांड के तौर पर आके जनाब मिलेगा तो इस वीडियो तो कमेंट करो सानू दसो। तो जनाब नंबर साढ़ा 03475859507 अहमदाबाद मेरा ना है, तो सर भाई अमर साहब का नंबर ही बकायदा तुम दे देने हैं। फिरोजपुरी उड्डन वाले बनाए ने पारे इन्हों का दोस्तों बड़ी मेहरबानी बहुत शुक्रिया तुम वीडियो आखिर तक देखी है। अमर भाई की दड़वी जो कोई चीज़ तुम्हें चाहिए होना रबता नंबर तुम्हें दे दिता जाएगा। मजीद रिक्वेस्ट है कि जो अजे तुम चैनल साढ़ा सबसक्राइब नहीं किया तो सबसक्राइब कर लो और बैल आइकन प्रेस कर लो ताकि इन दिन होर वीडियो जी बनाई मिलती रहन और शकीन लोगों को शो कराया जाए।